ਪਿਛਲੇ ਦਿਨਾਂ ਤੋਂ ਬੇਮੌਸਮੀ ਪ੍ਰਸਾਦ ਹੋਣ ਦੇ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਵਾ ਅੱਜ ਮੱਲਾ ਸ਼ੇਖਪੁਰਾ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਮਾਤਾ ਗਈ ਆ ਕੱਲੀ ਰਹਿੰਦੀ ਆ ਆ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਦਾ ਜਿਹੜਾ ਕੋਠਾ ਵਾ ਇੱਕੀ ਕੋਠਾ ਵਾ ਕਮਰਾ ਵਾ ਉਹਦੇ ਜਿਹੜੀ ਛੱਤ ਜਿਹੜੀ ਡਿੱਗ ਪਈ ਆ ਔਰ ਖੁੱਲੇ ਅਸਮਾਨ ਦੇ ਥੱਲੇ ਬੈਠੀ ਹੋਈ ਆ ਗੱਲਬਾਤ ਕਰ ਲੈਨੇ ਆ ਮਾਤਾ ਕੀ ਨਾਂ ਤੁਹਾਡਾ ਮੇਰਾ ਨਾਮ ਅਮਰਜੀਤ ਆ ਅਮਰਜੀਤ ਕੋ ਕਿੱਥੇ ਰਹਿੰਦੇ ਜੀ ਛੇ ਦੂਪਰੇ ਮੱਲੇ ਤੇ ਬਾਹਰ ਕਿਉਂ ਬੈਠੇ ਜੀ ਬਾਹਰ ਕੋਠਾ ਡਿੱਗ ਪਿਆ ਬਾਹਰ ਹੀ ਬੈਠੇ ਆ ਤੇ ਕਿਤਨਾ ਡਿੱਗਾ ਆਪੇ ਵਾਲੇ ਟੁੱਟ ਕੇ ਮੇਂ ਪੈਣ ਡਿਆ ਏ ਮੇਂ ਦੇ ਨਾਲ ਵਾਲੇ ਟੁੱਟ ਕੇ ਡਿੱਗ ਪਿਆ ਤੇ ਇਹ ਸਰਕਾਰ ਵਾਲੋਂ ਕੋਈ ਵਾਲਿਆਂ ਦੇ ਪੈਸੇ ਨਹੀਂ ਮਿਲੇ ਤੁਹਾਨੂੰ ਕਿ ਜਿਤਨਾ ਨਹੀਂ ਕੋਈ ਪੈਸਾ ਨਹੀਂ ਮਿਲਿਆ ਵੋਟਾਂ ਲੈ ਜਾਂਦੇ ਘੁੜਕੇ ਕੋਈ ਸੁਣਦਾ ਗਿੰਦਾ ਨਹੀਂਗਾ ਹਾਂਜੀ ਤੇ ਕੋਈ ਜਿਸ ਤਰ੍ਹਾਂ ਕੋਈ ਰਾਜਨੀਤੀ ਤੁਹਾਡੇ ਘਰ ਕੋ ਮਦਦ ਕਰਨ ਵਾਸਤੇ ਨਹੀਂ ਆਏ ਕਿ ਬੰਦਾ ਨਹੀਂ ਕੋਈ ਨਹੀਂ ਆਇਆ ਮੈਂ ਟਕਨ ਤੇ ਕਿ ਕਿਸ ਤਰ੍ਹਾਂ ਮਤਲਬ ਕਿ ਗੁਜ਼ਾਰਾ ਕਿਸ ਤਰ੍ਹਾਂ ਕਰ ਲਾ ਕੇ ਚੱਲਦਾ ਕਿ ਜਰਾ ਪਿਲਸਨ ਮਿਲਦੀ ਉਹ ਟਾਈਮ ਪਾਸ ਹੋ ਜਾਂਦਾ ਪਿਲਸਨ ਨਾ ਕਰਦੀ ਮਹੀਨਾ ਕੱਢ ਲੈਣੀ 1500 ਰੁਪਏ ਮਿਲ ਪਿਲਸਨ ਮੈਂ ਦੀ ਨਾ ਘਰ ਵਾਲਾ ਹੀ ਆ ਨਾ ਦੂਜਾ ਮੁੰਡਾ ਹੀ ਆ ਤੇ 1500 ਨਾਲ ਗੁਜ਼ਾਰਾ ਹੋਊਗਾ 1500 ਨਾਲ ਫਿਰ ਕੀ ਕਰੀਏ ਕਾਰ ਹੀ ਲੈ ਦਮ ਮਰਮਟਾ ਤੇ ਹੁਣ ਤਾਂ ਛੱਤ ਡਿੱਗ ਗਈ ਹੁਣ ਕੀ ਕਰੋਗੇ ਹੁਣ ਮੈਂ ਕਹਿੰਨੇ ਆਂ ਪੀ ਮੇਰੀ ਮਟ ਕਰਨ ਤੇ ਮੇਰੇ ਕਮਰਾ ਪਾ ਜਾਣ ਛੱਤ ਪਾ ਜਾਣ ਕਿੰਦ ਕੰਮ ਜਿ ਤਰ੍ਹਾਂ ਸਮਾਜ ਸੇਵੀ ਸੰਸਥਾ ਕੋਲੋਂ ਮੰਗ ਕਿਸ ਤਰ੍ਹਾਂ ਮੰਗੋਗੇ ਵੀ ਤੁਹਾਡੀ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਮੰਗੋਗੇ ਵੀ ਕਿਸ ਤਰ੍ਹਾਂ ਮੈਂ ਤੁਹਾਡੀ ਮਦਦ ਕੀਤੀ ਜਾਵੇ ਕਮਰਾ ਪੈਡ ਮੇਰਾ ਹਾਂ ਤੇ ਮੈਂ ਬਹੁਤ ਧੰਨਵਾਦ ਕਰਦੇ ਹਾਂ ਤੇ ਫਿਰ ਮਾਦਾ ਇਸ ਤਰ੍ਹਾਂ ਤੁਹਾਡਾ ਕਮਰਾ ਇੱਕੋ ਵਾਰ ਕਿਤਨਾ ਰਾਤੀ ਕਿਤਨਾ ਸੁੱਤੇ ਫਿਰ ਰਾਤੀ ਬਾਹਰ ਸੁੱਤੇ ਹਾਂ ਅੱਛਾ ਹਾਂਜੀ ਤੇ ਜਦ ਮੈਂ ਆ ਜਾਏ ਫਿਰ ਮੈਂ ਆ ਜਾਏ ਫਿਰ ਆਣ ਗਵਾਂਢ ਦੇ ਘਰ ਸੌਂ ਜਾਇਦਾ ਹਾਂ ਫਿਰ ਕੀ ਕਰਨਾ ਵਰ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਜੀ ਮੈਂ ਮੰਗੇ ਕਰਦੀ ਆ ਵੀ ਮੈਨੂੰ ਕਮਰਾ ਪੈ ਜਾਵੇ ਮੇਰਾ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਬਿਲਕੁਲ ਜੀ ਮੇਰੇ ਨਾਲ ਇੱਥੇ ਸਮਾਜ ਸੇਵਿਕ ਲੋਕ ਵੀ ਅੱਗੇ ਹੋਰ ਵੀ ਗੱਲਬਾਤ ਕਰਨ ਮੁਹੱਲਾ ਵਾਸੀ ਵੀ ਹੈਗੇ ਗੱਲਬਾਤ ਕਰ ਲੈਣੇ ਆ ਪੀ ਇਹ ਜਿਹੜੀ ਵਿਚਾਰੀ ਮਾਤਾ ਰਹਿੰਦੀ ਆ ਅਦਾ ਕਿਸ ਤਰ੍ਹਾਂ ਦਾ ਕਾਫੀ ਬੜੇ ਇਤਰਾ ਤੋਂ ਕ मतलब ਇਕੱਲੀ ਰਹਿ ਰਹੀ ਆ ਔਰ ਜਿਹੜਾ ਦਾ ਕੋਠਾ ਜਿਹੜਾ ਵੱਡੇ ਚੁੱਕਾ ਵਾ ਨੇ ਸਮਾਜ ਸੇਵੀ ਸੰਸਥਾ ਕੋਲ ਮੰਗ ਕੀਤੀ ਆ ਵੀ ਮੇਰਾ ਜਿਹੜਾ ਕੋਠਾ ਵਾ ਉਹ ਪਵਾ ਦਿੱਤਾ ਜਾਵੇ ਅਸੀਂ ਵੀ ਲਿਵਿੰਗ ਜਿਹੜਾ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਹ ਜਿਹੜਾ ਕਿ ਇਹਦੀ ਇਹ ਵੀਡੀਓ ਦੇਖਦਾ ਵਾ ਉਹਨੂੰ ਉਹਨੂੰ ਮੰਗ ਕੀਤੀ ਆ ਵੀ ਜਲਦੀ ਤੋਂ ਜਲਦੀ ਜਿਹੜਾ ਕੋਠਾ ਪਵਾ ਦਿੱਤਾ ਜਾ ਤਾਂ ਜੇ ਖੁੱਲੇ ਸਮਾਂ ਥਲੇ ਮਾਤਾ ਜਿਹੜੀ ਆ ਸੁੱਤੀ ਹੋਈ ਆ ਜਿੰਡਿਆਲਾ ਗੁਰੂ ਤੋਂ ਅਸ਼wini Sharma ਦੀ ਰਿਪੋਰਟ ਲਿਵਿੰਗ ਚੈਨਲ ਪੰਜਾਬ ਮੇਰੇ ਲੱਗੇ ਮhalla ਵਾਸੀ ਵੀ ਗੱਲਬਾਤ ਕਰ ਲੈਂਦੇ ਆ ਮੜਾ ਕੀ ਗੱਲ ਹੈ ਇਹ ਕਰਦਾ ਇਹਨਾਂ ਦਾ ਭਾਈ ਕੋਠਾ ਡਿੱਗਾ ਵਾ ਇਹ ਵਿਚਾਰੀ ਰਾਤ ਮੀ ਆਇਆ ਸਾਡੇ ਘਰੇ ਸੁੱਤੀ ਆ ਕੇ ਅੱਛਾ ਠੀਕੇ ਇਹ ਮਦਦ ਨਹੀਂ ਕਿ ਹਮ ਲਿਵਾਸੀ ਕਰਦੇ ਨਹੀਂ ਕੋਈ ਨਹੀਂ ਕਰਦਾ ਕਿਉਂ ਮਨ ਲੱਗਿਆ ਉਹਨੂੰ ਬੱਲੇ ਵਾਲ ਸੋਲ ਕੇ ਆਂਡ ਗਵਾਂਦ ਮਦਦ ਕਰ ਦਿੰਦੇ ਵੀ ਚਲੋ ਪੱਖਾ ਕੋਠਾ ਡਿੱਗਾ ਪਵਾ ਦਿੰਨੇ ਨਹੀਂ ਕਰਦੇ ਅੱਜ ਕੱਲ੍ਹ ਕੌਣ ਕਰਦਾ ਵਾ ਇਹ ਵਿਚਾਰੀ ਗਰੀਬਣੀ ਹੈਗੀ ਆ ਨਾ ਇਹਦਾ ਮੁੰਡਾ ਨਾ ਇਹਦਾ ਬੰਦਾ ਕੀ ਮੰਗ ਕਰਦੇ ਸਰਕਾਰ ਤੋਂ ਪਾ ਕੋਠਾ ਪਾਇਆ ਜਾਵੇ ਵਿਕਰਜੀ ਮਹੱਲਾ ਵਾਸੀ ਵੀ ਬੜੇ ਦੁਖੀ ਇਹ ਦਿਨਾਂ ਕਹਿ ਰਿਹਾ ਵੀ ਜਿਹੜਾ ਇਹ ਕੋਠਾ ਡਿੱਗਾ ਵਾ ਉਹ ਕੋਠਾ ਪਾ ਦਿੱਤਾ ਜਾਵੇ ਅਸੀਂ ਇਸ ਮਾਸੇ ਵੀ ਸੰਸਥਾ ਕੋਲ ਮੰਗ ਕਰਦਿਆਂ ਲਿਵਿੰਗ ਟੈਲੀ ਚੈਨਲ ਮਾਧਿਅਮ ਜੇ ਕੋਈ ਇਸ ਵਿਚਾਰੇ ਦੀ ਗਰੀਬ ਜੀ ਆਵਾਜ਼ ਸੁਣਦਾ ਹੋਵੇ ਤੇ ਜਿਹੜੇ ਆ ਬੜੇ ਮਤਲਬ ਹੈ ਕਿ ਖੁੱਲੇ ਸਾਮਾਨ ਥਲੇ ਮਜਬੂਰ ਹੋਈ ਆ ਸੌਣ ਵਾਸਤੇ ਕਿਉਂਕਿ ਬਰਸਾਤ ਜਿਹੜੇ ਅਜੇ ਵੀ ਬੱਦਲ ਹੋਏ ਹੋਏ ਆ ਕਦੋਂ ਵੀ ਆ ਸਕਦੀ ਆ ਪਾਰੇ ਵਿਚਾਰੀ ਵਾਸਤੇ ਬੜਾ ਜਿਹੜਾ ਜ਼ਿੰਦਗੀ ਬਤੀਤ ਕਰਨੀ ਬੜੀ ਔਖੀ ਹੋਈ ਆ ਔਰ ਇਹਨੇ ਸਮਾਜ ਸੇਵੀ ਸੰਸਥਾ ਕੋਲ ਮੰਗ ਕੀਤੀ ਆ ਵੀ ਜਿਹੜਾ ਇਹਦਾ ਕੋਠਾ ਪਵਾ ਦਿੱਤਾ ਜਿਸ ਤਰੀਕੇ ਨਾਲ ਆਪਣਾ ਜ਼ਿੰਦਗੀ ਬਤੀਤ ਕਰ ਸਕੇ ਜੰਡਿਆਲਾ ਗੁਰ ਤੋਂ ਸ਼ਿਸ਼ਨੀ ਸ਼ਰਮਾ ਦੀ ਰਿਪੋਰਟ ਲਈ ਮੇਰੇ ਚੈਨਲ ਪੰਜਾਬ